ਦਾਸ ਵਿਜਿੰਦਰ ਸਿੰਘ ਰਣਦਾਵਾ ਜੀ ਜਿਹੜੇ ਕਿ ਬਰੀਦ ਨਾ ਗੇਰੋ ਫੁੱਲਿਆ ਬੋਲਣਾ ਸੁਟੋ ਅਲਰਜੀ ਸਾਨੂੰ ਡਿਪਟੀ ਸੀਐਮ ਸਾਹਿਬ ਦੇ ਹਲਕੇ ਵਿੱਚ ਆਇਆ ਬਹੁਤ ਉਤਸ਼ਾਹ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇੱਕ ਤਰਫਾ ਲਹਿਰ ਹੋ ਗਈ ਹੈ ਕਾਂਗਰਸ ਪਾਰਟੀ ਵੱਡੀ ਜਿੱਤ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ ਇੱਕ ਮਿੰਟ ਮਦਦ ਲੈ ਲਾਗੇ ਬਹੁਤ ਸਰ ਪਲੀਜ਼ ਸੀਐਮ ਸਾਹਿਬ ਪ੍ਰੈਸ ਕਰਾ ਲੈਣਗੇ ਚਲੋ ਅੱਜ ਚੰਨੀ ਸਾਹਿਬ ਨੇ ਜਿਹੜੀ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਕੱਲ ਸ਼ਾਮ ਨੂੰ ਟੈਲੀਫੋਨ ਆਇਆ ਸੀ ਕਿ ਮੈਂ ਡੇਰਾ ਬਾਬਾ ਨਾਨਕ ਪਵਿੱਤਰ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਧਰਤੀ ਹੈ ਉੱਥੇ ਸੰਬੋਧਨ ਕਰਕੇ ਜਾਣਾ ਔਰ ਪਹਿਲਾਂ ਅਸੀਂ ਸ਼ਿਵਜੀ ਮਹਾਰਾਜ ਦੇ ਮੰਦਰ ਜਾ ਕੇ ਮੱਥਾ ਟੇਕਿਆ ਉੱਥੇ ਕਲਾਨੌਰ ਉਹਦੇ ਬਾਅਦ ਇੱਥੇ ਆਏ ਹਾਂ ਹੁਣ ਉਹ ਬਟਾਲੇ ਗਏ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਵੀ ਵੇਖਿਆ ਕਿ ਕੋਈ 4.5 ਘੰਟੇ ਲੋਕਾਂ ਨੇ ਵੇਟ ਕੀਤੀ ਹੈ ਇੱਕ ਜਦੋਂ ਲੋਕ ਨਾਇਕ ਬਾਹਰ ਨਿਕਲਦਾ ਅਤੇ ਜਿਹੜਾ 111 ਦਿਨ ਦਾ ਸਾਡਾ ਸਮਾਂ ਉਹਦੇ ਕੰਮ ਅਤੇ ਬਾਕੀ ਜਿੰਨੀਆਂ ਸਰਕਾਰਾਂ ਨੇ ਉਹਨਾਂ ਦੇ ਕੰਮ ਉਹਦੇ ਲਈ ਇਹ ਵੋਟਾਂ ਮੰਗ ਰਹੇ ਹਨ 111 ਦਿਨ ਦੀ ਸਰਕਾਰ ਨੇ ਜੋ ਡਿਸੀਜਨ ਲਏ ਜੋ ਪੰਜਾਬ ਦੇ ਲੋਕ ਹਿੱਤ 'ਚ ਲਏ ਜੋ ਪੰਜਾਬੀਆਂ ਦੀ ਜੋ ਉਹਨਾਂ ਨੂੰ ਠੀਕ ਲੱਗਾ ਉਹ ਲਏ ਬਿਜਲੀ ਦਾ ਜੇ ਬਿਜਲੀ ਦਾ ਰੇਟ ਘਟਾਉਣਾ 3 ਰੁਪਏ ਪਰ ਯੂਨਿਟ ਬਹੁਤ ਵੱਡਾ ਡਿਸੀਜਨ ਹੈ ਅੱਜ ਬਿਜਲੀ ਤੁਸੀਂ ਜਦੋਂ ਵੇਖੋਗੇ ਅੱਧਾ ਰੇਟ ਜਿਹੜਾ ਉਹ ਬਿਜਲੀ ਦਾ ਹੋਗਾ ਔਰ ਹਿੰਦੁਸਤਾਨ ਪੂਰੇ 'ਚ ਬਿਜਲੀ ਦਾ ਰੇਟ ਘੱਟ ਹੈ ਕੇਜਰੀਵਾਲ ਗੱਲਾਂ ਕਰਦਾ ਉਹਨਾਂ ਪੁੱਛਣਾ ਚਾਹੁੰਦਾ ਕਿ ਹੁਣ ਦੱਸ ਕਿ ਪੰਜਾਬ ਸਸਤਾ ਕਿ ਦਿੱਲੀ ਸਸਤਾ ਪੰਜਾਬ ਸਸਤਾ ਡੀਜ਼ਲ ਕਿ ਦਿੱਲੀ ਸਸਤਾ ਪੈਟਰੋਲ ਦਿੱਲੀ 'ਚ ਸਸਤਾ ਕਿ ਪੰਜਾਬ 'ਚ ਸਸਤਾ ਅਤੇ ਜੇ ਇਹ ਗੱਲ ਆਣ ਕੇ ਕਰਨੀ ਕਿ ਜੀ ਮੈਂ ਸਕੂਲ ਦੇਖੋ ਮੇਰੇ ਦਿੱਲੀ ਦੇ ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਆ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਰਾਜਧਾਨੀ ਜਿਹੜੀ ਆ ਯੂਟੀ ਦਾ ਉੱਥੇ ਹੈਗਾ ਉੱਥੋਂ ਦੇ ਸਕੂਲਾਂ ਦੇ ਨਾਲ ਆਪਣੇ ਸਕੂਲਾਂ ਦਾ ਕੰਪੈਰੀਜ਼ਨ ਕਰੇ ਅਤੇ ਜੇ ਦੇਸ਼ ਦੀ ਰਾਜਧਾਨੀ ਦਾ ਕਰਨਾ ਤਾਂ ਫਿਰ ਉਹ ਬਾਹਰਲੀ ਕੰਟਰੀ ਦੀ ਰਾਜਧਾਨੀ ਦਾ ਉਹ ਰੱਖ ਰਹੇ ਜੇ ਅਮਰੀਕਾ ਦੀ ਜਿਹੜੀ ਰਾਜਧਾਨੀ ਡੀਸੀ ਵਾਸ਼ਿੰਗਟਨ ਜਾਂ ਟੋਕੀਓ ਜਾਂ ਹੋਰ ਕੋਈ ਥਾਵਾਂ ਨੇ ਉਹਨਾਂ ਦਾ ਕਰੇ ਇਸ ਕਰਕੇ ਲੋਕਾਂ ਨੂੰ ਆਮ ਆਦਮੀ ਦਾ ਕਹਿ ਕੇ ਅਤੇ ਖਾਸ ਆਦਮੀ ਬਣਨਾ ਜਿੰਨੀ ਕਹਿੰਦੇ ਕਿ ਸਾਡੇ ਕੋਲ ਮੇਰੇ ਕੋਲ ਪੈਸਾ ਨਹੀਂ ਮੇਰੇ ਕੋਲ ਕੁਛ ਨਹੀਂ ਇਹੀ ਕਹਿੰਦੇ ਆ ਅਤੇ ਜਿਹੜੇ ਹਿਸਾਬ ਨਾਲ ਇਹਨਾਂ ਨੇ ਜਿਹੜੇ ਪੰਜਾਬ 'ਚੋਂ ਇੱਕ ਪਾਸੇ ਪ੍ਰੈਸ ਵਾਲਿਓ ਇਹਦੇ ਮੋਟੋ ਹੀ ਦੇਖ ਲਓ ਇਹਦੇ ਹੋਰਡਿੰਗਸ ਦੇਖ ਲਓ ਉਹ ਹੀ ਮੇਰਾ ਖਿਆਲ 500 ਕਰੋੜ ਦੀ ਆਮ ਆਦਮੀ ਕੋਲ ਤਾਂ 500 ਰੁਪਈਆ ਨਹੀਂ ਉਹ ਤਾਂ ਪੈਨਸ਼ਨ ਲਈ ਵੀ ਤਰਲੇ ਲੈਂਦਾ ਕਿ ਮੇਰੇ 1500 ਕਿਸਣ ਹੋਣੇ ਅਤੇ ਮੈਂ ਰੋਟੀ ਆਪਣੀ ਕਿਵੇਂ ਚਲਾਉਣੀ ਹੈ ਇਹ ਮੈਂ ਤਾਂ ਗੱਲਾਂ ਕਹੀਆਂ ਨੇ ਕਿ ਪੰਜਾਬ ਦੇ ਵਿੱਚ ਜੋ ਚਿੱਟੇ ਦਾ ਰਾਜ ਆ ਮਾਫੀਆ ਕਦੋਂ ਸਟਾਰਟ ਹੋਇਆ ਮਾਫੀਆ ਜਿਸ ਦਿਨ ਬਿਕਰਮ ਨੇ ਪੰਜਾਬ 'ਚ ਪੈਰ ਰੱਖਿਆ ਪਹਿਲਾਂ ਤੁਸੀਂ ਜਿੰਨੇ ਬੈਠੇ ਹੋ ਕੋਈ ਮੈਨੂੰ ਦੱਸੋ ਕਿ 2012 ਤੋਂ ਪਹਿਲਾਂ ਕਦੀ ਮਾਫੀਆ ਦਾ ਨਾਂ ਸੁਣਿਆ ਸੀ ਚਿੱਟੇ ਦਾ ਨਾਂ ਸੁਣਿਆ ਸੀ ਕੋਈ ਸੈਂਡ ਮਾਫੀਆ ਕੇਬਲ ਮਾਫੀਆ ਹਾਂ ਜਿੰਨੇ ਤੁਹਾਡੇ ਚੈਨਲ ਨੇ ਕੇਬਲ ਮਾਫੀਆ ਕਦੀ ਤੁਸੀਂ ਸੁਣਿਆ ਨਹੀਂ ਸੀ ਜਿਹੜਾ ਮਰਜ਼ੀ ਤਾਰ ਲਾਏ ਆਪਣਾ ਕੰਮ ਚਲਾਏ ਅਤੇ 600 ਰੁਪਏ ਦੀ ਯਾਰ ਜੇ ਅੱਜ ਕੇਬਲ ਦਾ ਕਨੈਕਸ਼ਨ ਮਿਲਦਾ ਹੈ ਤਾਂ ਨਜਾਇਜ਼ ਹੀ ਹੈ ਨਾ ਅਤੇ 100 ਰੁਪਏ ਦੀ ਚੀਜ਼ ਤੁਹਾਨੂੰ 600 'ਚ ਮਿਲਦੀ ਆ ਇਹ ਵੀ ਅਸੀਂ ਜਦੋਂ ਸਾਡੀ ਸਰਕਾਰ ਆਏਗੀ ਸਭ ਤੋਂ ਪਹਿਲਾਂ ਇਹ ਜਿਹੜਾ ਮਾਫੀਆ ਇਹ ਮਾਫੀਆ ਦਾ ਨਾਂ ਹੀ ਖਤਮ ਕਰਾਂਗੇ